ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਮਾਸਟਰ ਕਾਡਰ ਪੰਜਾਬੀ ਸਮਾਜਿਕ ਸਿੱਖਿਆ ਪੀਐਸਟੈਟ ਅਤੇ ਸੀਟੈਟ ਦੀ ਤਿਆਰੀ ਪੰਜਾਬੀ ਮੀਡੀਅਮ ਚ ਕਰਨ ਲਈ ਸਾਡੇ YouTube ਚੈਨਲ ਨਾਲ ਜਰੂਰ ਜੁੜੋ ਜਿੰਨਾ ਵੀ ਵਿਦਿਆਰਥੀ ਸਾਥੀਆਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਓ ਵਿਦਿਆਰਥੀ ਸਾਥੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਜਾਣਕਾਰੀ ਮਿਲਦੀ ਰਹੇ ਇਸ ਤੋਂ ਇਲਾਵਾ ਤੁਸੀਂ ਸਾਡੇ ਵਟਸਐਪ ਗਰੁੱਪ ਤੇ ਟੈਲੀਗ੍ਰam ਗਰੁੱਪ ਨਾਲ ਵੀ ਜੁੜ ਸਕਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ 9715008800 ਤੇ ਅੱਜ ਆਪਾਂ ਪੰਜਾਬੀ ਮਾਸਟਰ ਕਾਰਡ ਨਾਲ ਸੰਬੰਧਿਤ ਸਪੈਸ਼ਲ ਸੀਰੀਜ਼ 13 ਕਰਾਂਗੇ ਜਿਸ ਵਿੱਚ ਬਹੁਤ ਹੀ ਮਹੱਤਵਪੂਰਨ ਪੰਜਾਬ ਪ੍ਰਸ਼ਨ ਸ਼ਾਮਲ ਕੀਤੇ ਗਏ ਹਨ ਸੋ ਫਸਟ ਕੁਐਸਚਨ ਹੈ ਦੁੱਲਾ ਪੱਟੀ ਗੀਤ ਕਿਸ ਤਿਉਹਾਰ ਨਾਲ ਸੰਬੰਧਿਤ ਹੈ ਦੀਵਾਲੀ ਵਿਸਾਖੀ ਤੀਆਂ ਲੋਹੜੀ ਦੁੱਲਾ ਪੱਟੀ ਗੀਤ ਲੋਹੜੀ ਨਾਲ ਸਵੰਦਿਤ ਹੈ ਨੈਕਸਟ ਕਰਾਂਗੇ ਹੇਠ ਲਿਖਿਆਂ ਵਿੱਚੋਂ ਕਿਹੜੀ ਰਚਨਾ ਦੀਆਂ 24 ਪੌੜੀਆਂ ਹਨ ਸੁਖਮਨੀ ਸਾਹਿਬ ਸਿੱਧ ਗੋਸ਼ਟ 12 ਮਾ ਜਪਜੀ ਸਾਹਿਬ ਕਿਸ ਰਚਨਾ ਦੀਆਂ 24 ਪੌੜੀਆਂ ਸਹੀ ਅਨਸਰ ਹੈ ਸੁਖਮਨੀ ਸਾਹਿਬ ਪੈਰੋਂ ਦੇਵਤੇ ਦਾ ਵਾਹਣ ਕਿਹੜਾ ਮੰਨਿਆ ਜਾਂਦਾ ਹੈ ਮੋਰ ਸ਼ੇਰ ਕਾਲਾ ਕੁੱਤਾ ਅਪਰੋਕਤ ਸਾਰੇ ਸਹੀ ਆਨਸਰ ਹੈ ਭੈਰੋ ਦੇਵਤੇ ਦਾ ਵਾਹਨ ਕਾਲਾ ਕੁੱਤਾ ਮੰਨਿਆ ਗਿਆ ਹੈ ਨੈਕਸਟ ਕਰਾਂਗੇ ਗੱਜਲ ਦੇ ਪਹਿਲੇ ਸ਼ੇਰ ਨੂੰ ਕੀ ਕਿਹਾ ਜਾਂਦਾ ਹੈ ਕਾਫੀਆ ਮਤਲਾ ਮਕਤਾ ਰਦੀਫ ਗੱਜਲ ਦੇ ਪਹਿਲੇ ਸ਼ੇਰ ਨੂੰ ਮਤਲਾ ਕਿਹਾ ਜਾਂਦਾ ਹੈ ਤੇ ਅੰਤਲੇ ਸ਼ੇਅਰ ਨੂੰ ਮਕਤਾ ਕਿਹਾ ਜਾਂਦਾ ਹੈ ਨੈਕਸਟ ਕਰਾਂਗੇ ਮੋਹਨ ਸਿੰਘ دیਵਾਨਾ ਅਨੁਸਾਰ ਕਿੱਸਾ ਕਾਵ ਦਾ ਮੋਢੀ ਹੈ ਪੁਸ਼ਿਆ ਪੀਲੂ ਦਮੋਦਰ ਵਾਰਸ ਸ਼ਾਹ ਮੋਹਨ ਸਿੰਘ دیਵਾਨਾ ਅਨੁਸਾਰ ਕਿੱਸਾ ਕਾਵ ਦਾ ਮੋਢੀ ਪੁਸ਼ਿਆ ਨੂੰ ਮੰਨਿਆ ਗਿਆ ਹੈ ਤੁਖਾਰੀ ਰਾਗ ਵਿੱਚ 12 ਮਾਹ ਕਿਹੜੇ ਗੁਰੂ ਦੀ ਰਚਨਾ ਹੈ ਗੁਰੂ ਅਮਰਦਾਸ ਗੁਰੂ ਅਰਜਨ ਦੇਵ ਗੁਰੂ ਨਾਨਕ ਦੇਵ ਗੁਰੂ ਅੰਗਦ ਦੇਵ ਸਹੀ ਆਨਸਰ ਹੈ ਗੁਰੂ ਨਾਨਕ ਦੇਵ ਰਾਗ ਮਾਝ ਵਿੱਚ 12 ਮਾਹ ਰਚਨਾ ਗੁਰੂ ਅਰਜਨ ਦੇਵ ਦੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਨੈਕਸਟ ਕਰਾਂਗੇ ਇੱਕ ਐੰਤਵਾਰ ਰਚਨਾ ਦੀ ਵਿਦਾ ਕੀ ਹੈ ਨਿਵੰਦ ਇਕਾਂਗੀ ਨਾਟਕ ਕਹਾਣੀ ਇੱਕ ਐੰਤਵਾਰ ਰਚਨਾ ਦੀ ਵਿਦਾ ਇਕਾਂਗੀ ਹੈ ਮਹਾਤਮ ਇਕਾਂਗੀ ਕਿਸ ਸਿੱਖ ਗੁਰੂਵਾਰੇ ਹੈ ਗੁਰੂ ਅਮਰਦਾਸ ਵਾਰੇ ਗੁਰੂ ਅੰਗਦ ਦੇ ਬਾਰੇ ਗੁਰੂ ਗੋਬਿੰਦ ਸਿੰਘ ਬਾਰੇ ਗੁਰੂ ਨਾਨਕ ਦੇਵ ਜੀ ਬਾਰੇ ਮਹਾਤਮ ਅਕਾਂਗੀ ਕਿਸ ਗੁਰੂ ਬਾਰੇ ਹੈ ਸਹੀ ਆਨਸਰ ਹੈ ਗੁਰੂ ਨਾਨਕ ਦੇਵ ਬਾਰੇ ਆਈਸੀ ਨੰਦਾ ਦਾ ਪਹਿਲਾ ਨਾਟਕ ਕਿਹੜਾ ਹੈ ਸ਼ਾਮੂ ਸ਼ਾ ਕੁਕਨਸ ਬਾਰ ਘਰ ਸੁਪਦਰਾ ਆਈਸੀ ਨੰਦਾ ਦਾ ਪਹਿਲਾ ਨਾਟਕ ਕਿਹੜਾ ਹੈ ਸਹੀ ਆਨਸਰ ਹੈ ਸੁਪਦਰਾ ਨੈਕਸਟ ਕਰਾਂਗੇ ਪੰਜਾਬੀ ਨਾਟਕ ਦਾ ਪਿਤਾਮਾ ਕੌਣ ਹੈ ਬਲਵੰਤ ਗਾਰਗੀ ਗੁਰਸ਼ਰਨ ਸਿੰਘ ਆਈ ਸੀ ਨੰਦਾ ਪ੍ਰਿੰਸੀਪਲ ਤੇਜਾ ਸਿੰਘ ਪੰਜਾਬੀ ਨਾਟਕ ਦਾ ਪਿਤਾਮਾ ਆਈ ਸੀ ਨੰਦਾ ਹੈ ਹੇਠ ਲਿਖਿਆਂ ਵਿੱਚੋਂ ਪ੍ਰੀਤਮ ਸਿੰਘ ਸਫੀਰ ਦੀ ਰਚਨਾ ਕਿਹੜੀ ਹੈ ਅਨਿਕ ਵਿਸਥਾਰ ਕੱਚ ਦੇ ਵਸਤਰ ਮਾਂ ਦਾ ਡਿਪਟੀ ਮੇਰਾ ਪਿੰਡ ਪ੍ਰੀਤਮ ਸਿੰਘ ਸਫੀਰ ਦੀ ਰਚਨਾ ਕਿਹੜੀ ਹੈ ਸਹੀ ਆਨਸਰ ਹੈ ਅਨਿਕ ਵਿਸਥਾਰ ਨੈਕਸਟ ਕਰਾਂਗੇ ਬੇਬੇ ਰਾਮ ਭਜਨੀ ਅਕਾਂਗੀ ਕਿਸ ਦੀ ਰਚਨਾ ਹੈ ਨੋਰਾ ਰਚੜ ਆਈਸੀ ਨੰਦਾ ਪ੍ਰੋਫੈਸਰ ਪੂਰਨ ਸਿੰਘ ਸੰਤ ਸਿੰਘ ਸੇਖੋ ਬੇਬੇ ਰਾਮ ਭਜਨੀ ਅਕਾਂਗੀ ਆਈਸੀ ਨੰਦਾ ਦੁਆਰਾ ਰਚੀ ਗਈ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਨੈਕਸਟ ਕਰਾਂਗੇ ਪੰਜਾਬੀ ਸਾਹਿਤ ਦਾ ਬਾਬਾ ਬੋੜ ਕਿਸ ਨੂੰ ਕਿਹਾ ਜਾਂਦਾ ਹੈ ਪ੍ਰਿੰਸੀਪਲ ਸੰਤ ਸਿੰਘ ਸੇਖੋ ਭਾਈ ਵੀਰ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਸਾਹਿਤ ਦਾ ਬਾਬਾ ਬੋੜ ਕਿਸ ਨੂੰ ਕਿਹਾ ਗਿਆ ਹੈ ਸਹੀ ਆਨਸਰ ਹੈ ਪ੍ਰਿੰਸੀਪਲ ਸੰਤ ਸਿੰਘ ਸੇਖੋ ਆਈ ਸੀ ਨੰਦਾ ਕਿਹੜੀ ਧਾਰਾ ਨਾਲ ਸੰਬੰਧਿਤ ਸੀ ਰਹਾਸ਼ਵਾਦੀ ਪ੍ਰਗਤੀਵਾਦੀ ਯਥਾਰਥਵਾਦੀ ਰਮਾਂਸਵਾਦੀ ਆਈ ਸੀ ਨੰਦਾ ਯਥਾਰਥਵਾਦੀ ਧਾਰਾ ਨਾਲ ਸੰਬੰਧਿਤ ਸੀ ਨੈਕਸਟ ਕਰਾਂਗੇ ਕਹ ਕਸ਼ਾਂ ਕਾਵ ਸੰਗ੍ਰਹਿ ਦਾ ਰਚੇਤਾ ਕੌਣ ਹੈ ਜਸਵੰਤ ਸਿੰਘ ਕਮਲ ਤਾਰਾ ਸਿੰਘ ਜਗਤਾਰ ਹਰਿੰਦਰ ਸਿੰਘ ਰੂਪ ਕਾਇਕਸ਼ਾਂ ਕਾਵ ਸੰਗ੍ਰਹਿ ਤਾਰਾ ਸਿੰਘ ਦੁਆਰਾ ਰਚਿਆ ਗਿਆ ਹੈ ਜੇਕਰ ਕੋਈ ਵੀ ਵਿਦਿਆਰਥੀ ਮਾਸਟਰ ਕਾਰਡਰ ਪੰਜਾਬੀ ਸਮਾਜਿਕ ਸਿੱਖਿਆ ਨਾਲ ਸੰਬੰਧਿਤ ਹੱਥ ਲਿਖਤ ਨੋਟਸ ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਉਹ ਮੈਨੂੰ ਸੰਪਰਕ ਕਰ ਸਕਦੇ ਹਨ 9715008800 ਤੇ ਨੋਟਸਾਂ ਦੀ ਪਹੁੰਚ ਕਾਰਤਿਕ ਕੀਤੀ ਜਾਵੇਗੀ ਨੈਕਸਟ ਕਰਾਂਗੇ ਪੰਜਾਬੀ ਦਾ ਜੌਨ ਕੀਟਸ ਕਿਸ ਨੂੰ ਕਿਹਾ ਜਾਂਦਾ ਹੈ ਜਗਤਾਰ ਸੋਨ ਸਿੰਘ ਮੀਸਾ ਸੋਨ ਸਿੰਘ ਸ਼ੀਤਲ ਸ਼ਿਵ ਕੁਮਾਰ ਬਟਾਲਵੀ ਪੰਜਾਬੀ ਦਾ ਜੌਨ ਕੀਟਸ ਸ਼ਿਵ ਕੁਮਾਰ ਬਟਾਲਵੀ ਨੂੰ ਕਿਹਾ ਗਿਆ ਹੈ ਕਿਹੜੀ ਰਚਨਾ ਸੁਰਜੀਤ ਪਾਤਰ ਦੀ ਹੈ ਤੁਖ ਦਾ ਜੰਗਲ ਚਨਾ ਦੀ ਰਾਤ ਆਰਤੀ ਸਵਿੱਤਰੀ ਸਹੀ ਆਨਸਰ ਹੈ ਤੁਖ ਦਾ ਜੰਗਲ ਨੈਕਸਟ ਕਰਾਂਗੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਵੀ ਗੱਜਲ ਗੋ ਵਜੋਂ ਜਾਣਿਆ ਜਾਂਦਾ ਹੈ ਸੂਨ ਸਿੰਘ ਮੀਸਾ ਜਗਤਾਰ ਸਰਜੀਤ ਪਾਤਰ ਅਵਤਾਰ ਪਾਸ਼ ਸਹੀ ਆਨਸਰ ਹੈ ਜਗਤਾਰ ਗਿਆਨ ਪੀਠ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਇਸਤਰੀ ਹੈ ਅਜੀਤ ਕੌਰ ਦਲੀਪ ਕੌਰ ਟਿਵਾਣਾ ਬਲਜੀਤ ਕੌਰ ਬੱਲੀ ਅਮਰਤਾ ਪ੍ਰੀਤਮ ਸਹੀ ਆਨਸਰ ਹੈ ਅਮਰਤਾ ਪ੍ਰੀਤਮ ਮੇਰਾ ਪਿੰਡ ਪੁਸਤਕ ਕਿਸ ਦੀ ਰਚਨਾ ਹੈ ਗਿਆਨੀ ਦਿੱਤ ਸਿੰਘ ਨਾਨਕ ਸਿੰਘ ਗਿਆਨੀ ਗੁਰਦਿੱਤ ਸਿੰਘ ਗਲਵੰਤ ਸਿੰਘ ਵਿਰਕ ਮੇਰਾ ਪਿੰਡ ਪੁਸਤਕ ਕਿਸ ਦੀ ਰਚਨਾ ਹੈ ਸਹੀ ਆਨਸਰ ਹੈ ਗਿਆਨੀ ਗੁਰਦਿੱਤ ਸਿੰਘ ਮਰਦਾਂ ਦਾ ਗਿੱਧਾ ਕਿਹੜੇ ਇਲਾਕੇ ਦਾ ਪ੍ਰਸਿੱਧ ਹੈ ਮਾਲਵੇ ਦਾ ਦੁਆਬੇ ਦਾ ਮਾਝੇ ਦਾ ਪਹਿਲਾ ਅਤੇ ਦੂਜਾ ਦੋਵੇਂ ਮਰਦਾਂ ਦਾ ਗਿੱਧਾ ਮਾਲਵੇ ਦਾ ਪ੍ਰਸਿੱਧ ਰਿਹਾ ਹੈ ਨੈਕਸਟ ਕਰਾਂਗੇ ਬਰਤ ਪੂਜਾ ਸੁਖਣਾ ਲੋਕ ਧਾਰਾ ਦੀ ਕਿਸ ਵੰਗੀ ਅਧੀਨ ਆਉਂਦੇ ਹਨ ਜਾਦੂ ਅਨੁਸ਼ਠਾਨ ਤੂਣਾ ਲੋਕ ਵਿਸ਼ਵਾਸ ਸਹੀ ਆਨਸਰ ਹੈ ਅਨੁਸ਼ਠਾਨ ਬੰਤਰ ਦੇ ਆਧਾਰ ਤੇ ਵਾਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ 2 3 4 5 ਵੰਤਰ ਦੇ ਆਧਾਰ ਤੇ ਬਾਖ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਸਹੀ ਆਨਸਰ ਹੈ 3 ਨੈਕਸਟ ਕਰਾਂਗੇ ਫੋਕ ਲੋਰ ਲਈ ਲੋਕ ਧਾਰਾ ਸ਼ਬਦ ਸਭ ਤੋਂ ਪਹਿਲਾਂ ਕਿਸ ਨੇ ਵਰਤਿਆ ਸੀ ਹਰਚਰਨ ਸਿੰਘ ਕਰਨੈਲ ਸਿੰਘ ਥਿੰਦ ਹਰਭਜਨ ਸਿੰਘ ਬੰਜਾਰਾ 베ਦੀ ਸਹੀ ਆਨਸਰ ਹੈ ਬੰਜਾਰਾ 베ਦੀ ਨੈਕਸਟ ਕਰਾਂਗੇ ਗੁਰਮੁਖੀ ਲਿਪੀ ਦੇ ਕਿੰਨੇ ਵਰਗ ਹਨ 8 7 9 6 ਸਹੀ ਆਨਸਰ ਹੈ 8 ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਨੈਕਸਟ ਕਰਾਂਗੇ ਪੰਜਾਬੀ ਦੀਆਂ ਕਿਹੜੀਆਂ ਧੁਨੀਆਂ ਨੂੰ ਸਵਰ ਅਤੇ ਵਿਅੰਜਨ ਲਈ ਵਰਤਿਆ ਜਾਂਦਾ ਹੈ ਸੁਰ ਅਖੰਡੀ ਧੁਨੀਆਂ ਨਾਸਿਕਤਾ ਜਾਂ ਖੰਡੀ ਧੁਨੀਆਂ ਸਹੀ ਆਨਸਰ ਹੈ ਖੰਡੀ ਧੁਨੀਆਂ ਟੈਂਕਾ ਠੱਠਾ ਡੱਡਾ ਧੁਨੀਆਂ ਹਨ ਤਾਲਵੀ ਕੰਠੀ ਉਲਟ ਜੀਬੀ ਦੰਤੀ ਸਹੀ ਆਨਸਰ ਹੈ ਉਲਟ ਜੀਬੀ ਨੈਕਸਟ ਕਰਾਂਗੇ ਬਾਰ ਵਿੱਚ ਕਿਹੜਾ ਰਸ ਪ੍ਰધાન ਹੁੰਦਾ ਹੈ ਵੀਰ ਰਸ ਅਧ ਪੁੱਤ ਰਸ ਸ਼ਿੰਗਾਰ ਰਸ ਭਿਆਨਕ ਰਸ ਬਾਾਰ ਵਿੱਚ ਕਿਹੜਾ ਰਸ ਪ੍ਰਧਾਨ ਹੁੰਦਾ ਹੈ ਸਹੀ ਆਨਸਰ ਹੈ ਵੀਰ ਰਸ ਰਾਗ ਨੀ ਸ਼ਬਦ ਕਿਸ ਸਾਹਿਤ ਰੂਪ ਲਈ ਵਰਤਿਆ ਗਿਆ ਹੈ ਗੀਤ ਲਈ ਕਾਫੀ ਲਈ ਰਵਾਈ ਲਈ ਗਜਲ ਲਈ ਸਹੀ ਆਨਸਰ ਹੈ ਕਾਫੀ ਲਈ ਨੈਕਸਟ ਕਰਾਂਗੇ ਪੰਜਾਬੀ ਕਿੱਸਾ ਕਾਵ ਦਾ ਪਿਤਾਮਾ ਹੈ ਵਾਰਸ ਸ਼ਾ ਹਾਸ਼ਮ ਦਮੋਦਰ ਸ਼ਾ ਹੁਸੈਨ ਪੰਜਾਬੀ ਕਿੱਸਾ ਕਾਵ ਦਾ ਪਿਤਾਮਾ ਜਾਂ ਮੋਢੀ ਕੌਣ ਹੈ ਸਹੀ ਆਨਸਰ ਹੈ ਦਮੋਦਰ ਇਹੇਠ ਲਿਖਿਆਂ ਦਾ ਸਹੀ ਜੋਟ ਪਹਿਚਾਣੋ ਬਾਵਾ ਬਲਵੰਤ ਮਹਾਨਾਚ ਰਾਮ ਸਰੂਪ ਅਣਖੀ ਅਣ ਵਿਆਹੀ ਮਾਂ ਬਾਵਾ ਬਲਵੰਤ ਕੱਕਾ ਰੇਤਾ ਸੁਰਜੀਤ ਪਾਤਰ ਰੁੱਖ ਤੇ ઋષਿ ਸਹੀ ਆਨਸਰ ਹੈ ਬਾਵਾ ਬਲਵੰਤ ਦੀ ਰਚਨਾ ਮਹਾ ਨਾਚ ਨੈਕਸਟ ਕਰਾਂਗੇ ਹਾਸ ਰਸੀ ਕਾਵ ਧਾਰਾ ਦਾ ਮੋਢੀ ਕੌਣ ਸੀ ਗੁਰਵਖਸ਼ ਸਿੰਘ ਪ੍ਰੀਤ ਲੜੀ ਸੂਬਾ ਸਿੰਘ ਚਰਨ ਸਿੰਘ ਸ਼ਹੀਦ ਸੁਜਾਨ ਸਿੰਘ ਸਹੀ ਆਨਸਰ ਹੈ ਚਰਨ ਸਿੰਘ ਸ਼ਹੀਦ ਨੈਕਸਟ ਕਰਾਂਗੇ ਆਈ ਸੀ ਨੰਦਾ ਦਾ ਜਨਮ ਕਦੋਂ ਹੋਇਆ ਸੀ 1991 1892 1994 ਜਾਂ 1993 ਈਸੀ ਨੰਦਾ ਦਾ ਜਨਮ 1892 ਈਸਵੀ ਵਿੱਚ ਹੋਇਆ ਸੀ ਕਿਹੜਾ ਜੋੜਾ ਗਲਤ ਹੈ ਸ਼ਿਵ ਕੁਮਾਰ ਬਟਾਲਵੀ ਆਰਤੀ ਸੂਨ ਸਿੰਘ ਮੀਸਾ ਕੱਚ ਦੇ ਵਸਤਰ ਹਰਿੰਦਰ ਸਿੰਘ ਮਹਿਬੂਬ ਚਨਾ ਦੀ ਰਾਤ ਹਰਪਜਨ ਸਿੰਘ ਲਫਜਾਂ ਦੀ ਦਰਗਾਹ ਸਹੀ ਅਨਸਰ ਹੈ ਹਰਪਾਜਨ ਸਿੰਘ ਲਫ਼ਜ਼ਾਂ ਦੀ ਦਰਗਾਹ ਇਹ ਜੋੜਾ ਗਲਤ ਹੈ ਨੈਕਸਟ ਕਰਾਂਗੇ ਗਿੱਧਾ ਪੁਸਤਕ ਕਿਸ ਦੀ ਰਚਨਾ ਹੈ ਦਵਿੰਦਰ ਸਥਿਆਰਥੀ ਜਸਵੀਰ ਸਿੰਘ ਆਲੂਵਾਲੀਆ ਗੁਰਦੇਵ ਚੋਹਾਨ ਉਪਰੋਕਤ ਕੋਈ ਨਹੀਂ ਗਿੱਧਾ ਪੁਸਤਕ किस दी रचना है सही आंसर है द्वਿੰਦਰ सथयार्थी जेकर वीडियो बढ़िया लगी ता वीडियो नु लाइक कमेंट ਤੇ ਸ਼ੇਅਰ ਜਰੂਰ ਕਰਿਓ ਜੀ ਨੈਕਸਟ ਕਰਾਂਗੇ హైదਰ शेख ਦਾ ਮੇਲਾ ਕਿੱਥੇ ਲੱਗਦਾ ਹੈ ਜਗਰਾਉਂ ਸ਼ਪਾਰ ਮਲੇਰ ਕੋਟਲਾ ਮੁਕਤਸਰ హైదਰ शेख ਦਾ ਮੇਲਾ ਮਲੇਰ ਕੋਟਲਾ ਵਿਖੇ ਲੱਗਦਾ ਹੈ। ਹੇਠ ਲਿਖਿਆਂ ਵਿੱਚੋਂ ਵੀ ਕੰਨਾ ਨਾਲ ਸੰਬੰਧਿਤ ਗਹਿਣਾ ਹੈ। ਕਾਂਟੇ, ਬਹਾਦਰਨੀਆਂ, ਬੁੰਦੇ, ਉਪਰੋਕਤ ਸਾਰੇ ਸਹੀ ਅਨਸਰ ਹੈ ਉਪਰੋਕਤ ਸਾਰੇ। ਨੈਕਸਟ ਕਰਾਂਗੇ ਵਰਤਾਉ ਸ਼ਬਦ ਚਪਸ਼ੇਤਰ ਕਿਹੜਾ ਆਉਂਦਾ ਹੈ ਊ ਆਉ ਤਾਉ ਜਾ ਪਾਉ ਬਰਤਾਉ ਸ਼ਬਦ ਵਿੱਚ ਕਿਹੜਾ ਪਸ਼ੇਤਰ ਆਉਂਦਾ ਹੈ ਸਹੀ ਆਨਸਰ ਹੈ ਆਉ ਨੈਕਸਟ ਕਰਾਂਗੇ ਸੱਗੀ ਫੁੱਲ ਕੀ ਹੈ ਫੁਲਕਾਰੀ ਮਸ਼ਹੂਰ ਫੁੱਲ ਗਹਿਣਾ ਜਾਂ ਕੰਦ ਚਿੱਤਰ ਸੱਗੀ ਫੁੱਲ ਇੱਕ ਗਹਿਣਾ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਨੈਕਸਟ ਕਰਾਂਗੇ ਭਾਸ਼ਾ ਦੀ ਵੱਡੀ ਇਕਾਈ ਕਿਹੜੀ ਹੈ ਬਾਕ ਧੁਨੀ ਸ਼ਬਦ ਉਪਰੋਕਤ ਕੋਈ ਨਹੀਂ ਭਾਸ਼ਾ ਦੀ ਬੱਡੀ ਇਕਾਈ ਕਿਹੜੀ ਹੈ ਸਹੀ ਆਨਸਰ ਹੈ ਬਾਕ ਭਾਸ਼ਾ ਦਾ ਇਕਾਲਕ ਦੁਕਾਲਕ ਸਿਧਾਂਤ ਸੰਬੰਧਿਤ ਹੈ ਅਰਸਤੂ ਸਾਸਿਉਰ ਲੌਨ ਜਾਇਨਸ ਨੋਮ ਚਮਸਕੀ ਭਾਸ਼ਾ ਦਾ ਇਕਾਲਕ ਤੇ ਦੁਕਾਲਕ ਸਿਧਾਂਤ ਕਿਸ ਨਾਲ ਸੰਬੰਧਿਤ ਹੈ ਸਹੀ ਆਨਸਰ ਹੈ ਸਾਸਿਉਰ ਭਾਰਤੀ ਨਾਟਕਾਂ ਦਾ ਸ਼ੈਕਸਪੀਅਰ ਕਿਸ ਨੂੰ ਕਿਹਾ ਜਾਂਦਾ ਹੈ ਜੌਨ ਕੀਟਸ ਭਾਈ ਵੀਰ ਸਿੰਘ ਕਾਲੀਦਾਸ ਸੰਤ ਸਿੰਘ ਸੇਖੋ ਭਾਰਤੀ ਨਾਟਕਾਂ ਦਾ ਸ਼ੈਕਸਪੀਅਰ ਕਾਲੀਦਾਸ ਨੂੰ ਕਿਹਾ ਜਾਂਦਾ ਹੈ ਲਾਂਗ ਤੇ ਪੈਰੋਲ ਹੈ ਸਮਾਜਿਕ ਵਿਅਕਤੀਗਤ ਆਰਥਿਕ ਜਾਂ ਪਹਿਲਾ ਅਤੇ ਦੂਜਾ ਦੋਵੇਂ ਲਾਗ ਤੇ ਪੈਰੋਲ ਸਮਾਜਿਕ ਅਤੇ ਵਿਅਕਤੀਗਤ ਦੋਵੇਂ ਹਨ ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ 5 6 4 ਜਾਂ 8 ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਸਹੀ ਆਨਸਰ ਹੈ 5 ਨੈਕਸਟ ਕਰਾਂਗੇ ਕਿੱਸਾ ਕਿਹੜੀ ਭਾਸ਼ਾ ਦਾ ਸ਼ਬਦ ਹੈ ਫਾਰਸੀ ਅਰਬੀ ਲਾਤੀਨੀ ਜਾਂ ਫ੍ਰਾਂਸੀਸੀ ਸਹੀ ਆਨਸਰ ਹੈ ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਨੈਕਸਟ ਕਰਾਂਗੇ ਸੱਸੀ ਪੁੰਨੂ ਦਾ ਪਹਿਲਾ ਕਿੱਸਾ ਕਿਸ ਨੇ ਰਚਿਆ ਸੀ ਸ਼ਾ ਹੁਸੈਨ ਹਾਸਮ ਹਾਫਿਜ਼ ਵਰਖਰਦਾਰ ਕਾਦਰ ਯਾਰ ਸੱਸੀ ਪੁੰਨੂ ਦਾ ਕਿੱਸਾ ਸਭ ਤੋਂ ਪਹਿਲਾਂ ਕਿਸ ਨੇ ਰਚਿਆ ਸੀ ਸਹੀ ਆਨਸਰ ਹੈ ਹਾਫਿਜ਼ ਵਰਖਰਦਾਰ ਕਿਸਾ ਸੋਹਣੀ ਮਹੀਵਾਲ ਕਿਸ ਸਭਿਆਚਾਰ ਦੀ ਦੇਣ ਹੈ ਭਾਰਤੀ ਸਭਿਆਚਾਰ ਪੂਰਬੀ ਸਭਿਆਚਾਰ ਪੱਛਮੀ ਸਭਿਆਚਾਰ ਜਾਂ ਉਪਰੋਕਤ ਸਾਰੇ ਕਿਸਾ ਸੋਹਣੀ ਮਹੀਵਾਲ ਕਿਸ ਸਭਿਆਚਾਰ ਦੀ ਦੇਣ ਹੈ ਸਹੀ ਆਨਸਰ ਹੈ ਭਾਰਤੀ ਸਭਿਆਚਾਰ ਗੁਲਾਮ ਫਰੀਦ ਕਿਹੜੀ ਸਦੀ ਦਾ ਕਵੀ ਸੀ 18ਵੀਂ ਸਦੀ 16ਵੀਂ 17ਵੀਂ ਸਦੀ 19ਵੀਂ ਸਦੀ 17ਵੀਂ ਸਦੀ ਗੁਲਾਮ ਫਰੀਦ ਕਿਹੜੀ ਸਦੀ ਦਾ ਕਵੀ ਸੀ ਸਹੀ ਆਨਸਰ ਹੈ 19ਵੀਂ ਸਦੀ ਨੰਗੀ ਧੁੱਪ ਰਚਨਾ ਦਾ ਕਿਹੜਾ ਰੂਪ ਹੈ ਨਾਟਕ ਸੰਸਮਰਨ ਕਹਾਣੀ ਸਵੈ ਜੀਵਨੀ ਨੰਗੀ ਧੁੱਪ ਰਚਨਾ ਦਾ ਕਿਹੜਾ ਰੂਪ ਹੈ ਸਹੀ ਅਨਸਰ ਹੈ ਸਵੈ ਜੀਵਨੀ ਨੈਕਸਟ ਕਰਾਂਗੇ ਸਭ ਤੋਂ ਪਹਿਲਾਂ ਕਿਹੜੀ ਲਿਪੀ ਹੋਂਦ ਵਿੱਚ ਆਈ ਸੀ ਚਿੱਤਰ ਲਿਪੀ ਸੂਤਰ ਲਿਪੀ ਗੰਡ ਲਿਪੀ ਗੁਰਮੁਖੀ ਲਿਪੀ ਸਭ ਤੋਂ ਪਹਿਲਾਂ ਕਿਹੜੀ ਲਿਪੀ ਹੋਂਦ ਵਿੱਚ ਆਈ ਸੀ ਸਹੀ ਆਨਸਰ ਹੈ ਚਿੱਤਰ ਲਿਪੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ